हाँ पता लग गया हूं लगे ओरी मैं रौला पाता भी चोर आ गए भज ली इथे तक। हाँ जी दोस्तों सत श्रीकाल जी, पिछले दिन एक चोरी हुई सी साढ़े पिंड दे विच, ओह अपने मेरे चाचा जी दे घरे हुई है दोस्तों। इधर बस स्टैंड रह गया, वह दिखा दो बई है ना, तो इधर आ गया पिंड राजिया तो खीवे नूं राह जांदा जिहड़ा, आ दिखा दो बई आ तन खूनी। तो इतों दोस्तों जिहड़ी चोरी हुई आ इस घर दे विच हुई आ तीन दिहाड़े जमा, दिन दिहाड़े सवेर के 7:11 के चाचा जी घरों बाहर जाते हैं, तो चाचा जी मैं लगता 15-16 से चोरी हुई है ना, 14:14 ਤੇ ਚੋਰੀ ਕਰਕੇ ਇਥੋਂ 9:11 ਹੋ ਜਾਂਦੇ ਆ। ਤੇ ਤੁਸੀਂ ਇੱਥੇ ਜੀ ਕਿੱਧਰ ਗਏ ਸੀ ਉਦੋਂ? ਮੈਂ ਦੁੱਧ ਪਾਉਣ ਗਿਆ ਸੀ, ਦੁੱਧ ਪਾਉਣ 7:11 ਤੇ ਘਰੋਂ ਗਿਆ, ਤੁਹਾਨੂੰ ਰਾਤ ਮਿਲੇ ਵੀ ਹੋਣਗੇ ਕਿ ਗੌਰ ਨਹੀਂ ਕਰੀ? ਨਹੀਂ ਨਹੀਂ ਗੌਰ ਕਰੀ, ਇਹਨੂੰ ਮਿਲੇ ਤਾਂ ਹੈਗੇ, ਗੌਰ ਨਹੀਂ ਕਰੀ, ਮੈਨੂੰ ਕਿਹੜਾ ਪਤਾ ਸੀ ਵੀ ਆ ਵਾਕਾ ਹੋ ਜਾਊਗਾ। ਅੱਛਾ ਜਿਹੜਾ ਤੂੰ ਤੇ ਵਿੱਚ ਨਾ ਬੰਦੇ ਮੈਂ ਤੁਹਾਨੂੰ ਦੱਸਦਾ, ਵੀਡੀਓ ਦੇਖ ਕੇ ਕਰੀ ਜਾਂਦੇ ਨੇ ਜੀ ਇਹ ਝੂਠੀ ਵੀਡੀਓ ਹੈ, ਇਹ ਫੇਕ ਵੀਡੀਓ ਬਣਾਈ ਇਹਨਾਂ ਨੇ, ਜੇ ਕਰਿਆ ਉਹ ਕਰਿਆ ਹੈ ਨਾ। ਪਹਿਲੀ ਗੱਲ ਤਾਂ ਬਈ ਉਹਨਾਂ ਨੂੰ ਉਹਨਾਂ ਟਾਈਮ ਨਹੀਂ ਪਤਾ ਲੱਗਣਾ ਜਿੰਨਾ ਟਾਈਮ ਉਹਨਾਂ ਦੇ ਆਪਦੇ ਘਰੇ ਚੋਰੀ ਨਾ ਹੋਵੇ, ਸੋ ਉਦੋਂ ਸਾਨੂੰ ਕਿਹਾ, ਅਸੀਂ ਕਹਾਂਗੇ ਤੁਹਾਨੂੰ ਵੀ ਤੁਹਾਡੀ ਫੇਕ ਵੀਡੀਓ ਆ, ਠੀਕ ਆ। ਵਿੱਚ ਗਾਲਾਂ ਵੀ ਦੇਈ ਜਾਂਦੇ ਨੇ ਕਿ ਜੀ ਤਾਂ ਵਿਊਆਂ ਖਾਤਰ ਕਰੀ ਜਾਂਦੇ ਨੇ, ਵਿਊ ਵਿਆਹ ਕੋਈ ਖਾਤਰ ਨਹੀਂ ਬਈ, ਸਾਡਾ ਪਿੰਡ ਬੰਧੇਰਾ ਜ਼ਿਲ੍ਹਾ ਬਰਨਾਲਾ, ਠੀਕ ਆ। ਜਦੋਂ ਮਰਜ਼ੀ ਆ ਕੇ ਪਤਾ ਕਰ ਲਿਓ, ਤੇ ਘਰ ਦੇ ਵਿੱਚ ਦਿਨ ਦਿਹਾੜੇ ਤਦਬਰੀ ਚੋਰੀ ਕਿਹੜੇ ਲਾਭ ਹਿਸਾਬ ਦੇ ਕਰਕੇ ਗਏ ਨੇ ਉਹ? ਪੈਸਾ ਦੀ ਤਲਾਸ਼ ਚ ਆਏ ਸੀਗੇ। ਅੱਛਾ, ਲੋਕ ਚਾਬੀ ਚੁਬੀ ਥੇ ਹੀ ਨਹੀਂ ਕੋਈ, ਠੀਕ ਆ। ਫਿਰ ਉਹਨਾਂ ਨੇ ਜਾਂਦੇ ਸੋਨੀ ਲੈ ਕੇ ਬੁੜੀ ਦਾ ਲਾ ਕੇ ਬਸ ਸੋਨਾ, ਮਤਲਬ ਇੱਕ ਪਾਸੇ ਵਾਲਾ ਰਿੰਗ ਲੈ ਗਿਆ, ਅੱਧੇ ਦੂਲੇ ਦਾ ਰਿੰਗ ਲੈ ਗਿਆ ਜੀ। ਤੇ ਬਾਕੀ ਇੱਕ ਚੀਜ਼ ਹੋਰ ਆ, ਇੱਧਰ ਵੀ ਆਪਾਂ ਕਹਿ ਦਈਏ ਵੀ ਗੇਟ ਬੰਦ ਹੁੰਦਾ ਆਪਣਾ, ਮੈਂ ਗੇਟ ਇਹ ਬੰਦ ਹੁੰਦਾ ਉੱਤੇ ਖੁੱਲਾ ਸੀ, ਪਰ ਫਿਰ ਵੀ ਇੱਧਰ ਦੀ ਨਹੀਂ ਬੜੇ ਸੀ ਸਾਜ਼ਿਸ਼ਤੀ ਕਿ ਵੀ ਜਾਣ ਬੁੱਝ ਕੇ ਬੰਦੇ ਨੇ। ਹਾਂ ਤੇ ਬਈ ਮੜਾ ਜਾ ਦਿਖਾ ਦਿੰਨੇ ਆਪਾਂ ਵੀ ਕਿਵੇਂ ਕਿਵੇਂ ਚੋਰੀ ਕਰੀ ਆ ਤੇ ਕਿੱਥੋਂ ਕਿੱਥੋਂ ਸਿਸਟਮ ਇਹ ਵਿਗੜਿਆਗਾ। ਤੇ ਇੱਕ ਆ ਗੇਟ ਹੁੰਦਾ ਮੇਨ, ਇਹ ਬੰਦ ਹੁੰਦਾਗਾ, ਇਹ ਪਤਾ ਨਹੀਂ ਕਿਵੇਂ ਪਤਾ ਲੱਗਿਆ ਉਹਨਾਂ ਨੂੰ ਵੀ ਬੰਦ ਹੁੰਦਾ ਇਹ, ਉੱਪਰ ਦੀ ਆਏ ਨੇਗੇ ਰਸੋਈ ਵਾਲਾ ਗੇਟ ਜਿਹੜਾ ਖੁੱਲਾ ਹੁੰਦਾ ਮੇਨ ਵੇਚ ਦੀ ਹਨਾ। ਤੇ ਬਾਕੀ ਇੱਕ ਚੀਜ਼ ਹੋਰ ਹੈ, ਜਿਹੜਾ ਕੋਈ ਇਹਨਾਂ ਚੋਰਾਂ ਬਾਰੇ ਦੱਸੂਗਾ ਉਹਨੂੰ 10,000 ਰੁਪਇਆ ਇਨਾਮ ਵਜੋਂ ਦਿੱਤਾ ਜਾਊ, ਤੇ ਉਹਦੀ ਪਹਿਚਾਣ ਜਿਹੜੀ ਗੁਪਤ ਰੱਖੀ ਜਾਊਗੀ। ਵੀਰ ਬਣ ਕੇ ਬੇਨਤੀ ਆ, ਕਿਉਂਕਿ ਕੱਲ ਨੂੰ ਬਈ ਤੁਹਾਡੇ ਘਰੇ ਵੀ ਉਹੋ ਜਿਹਾ ਬੰਦਾ ਕੋਈ ਨੁਕਸਾਨ ਕਰ ਸਕਦਾ, ਅਸੀਂ ਉਹੋ ਜੀ ਬਣਦੀ ਕਾਰਵਾਈ ਅਗਲੇ ਤੇ ਕਰਾਂਗੇ। ਤੇ ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰੀ ਜਾਓ, ਆਹ ਦਿਖਾਉਣੇ ਆਪਾਂ। ਤੇ ਮਾਸੀ ਖੜੇ ਮੜੇ ਜਾ, ਖੜੇ ਖੜੇ ਹੋ, ਇੱਕ ਮਿੰਟ ਹੈ, ਹੋਰ ਪਾਈ ਨਾ, ਹੋਰ ਪਾਈ ਕਾਟਾ ਦਾ, ਹਾਂ ਕਾਂਟਾ ਕਾਂਟਾ ਦਿਖਾ ਗਿਆ, ਕਿਹੜਾ ਕਿੱਧਰ ਗਿਆ ਉਹ ਕਾਂਟਾ? ਉਹ ਗੋਰੋ ਨੂੰ ਠੀਕ ਆ, ਦੇਖ ਲੈਂਦੀ ਆ ਠੀਕ ਆ। ਤੇ ਮਾਸੀ ਦਾ ਦੋਸਤੋ ਇੱਕ ਇੱਕ ਪਾਸੇ ਵਾਲਾ ਮੈਨੂੰ ਲੱਗਦਾ ਅੱਜ ਹੀ ਲਾ ਹੈਗਾ, ਅੱਜ ਹੀ ਲਾ ਹੈ, ਅੱਜ ਹੀ ਲਾ ਹੈ, ਠੀਕ ਆ। ਨਵਾਂ ਪਾਇਆ ਕਰਨਾ ਥੋੜਾ, ਤੇ ਲੈ ਫੜਾ ਦੇ ਬਈ, ਇਧਰ ਹੀ ਫੜਾ ਦੇ ਮੈਨੂੰ, ਤੇ ਆਪਾਂ ਦਿਖਾ ਦਿੰਨੇ ਹੈ ਇੱਕ ਸ਼ਾਮਲ ਕਰ ਨਾ। ਪਰ ਮਾਸੀ ਜਦੋਂ ਉਹ ਆਏ ਨੇ ਹਨਾ, ਤੇ ਉਦੋਂ ਤੈਨੂੰ ਪਤਾ ਲੱਗਿਆ ਨਹੀਂ? ਹਾਂ ਪਤਾ ਲੱਗ ਗਿਆ ਹੁਣ ਲੱਗਿਆ ਉਹਦੀ ਮੈਂ ਰੌਲਾ ਪਾਤਾ ਵੀ ਚੋਰ ਆ ਗਏ ਹਾਂ, ਭੱਜ ਲਈ ਇੱਥੇ ਤੱਕ। ਇਹਨੇ ਹੋਥੇ ਚੜ ਗਏ ਨੇ ਮੋਟਰਸਾਈਕਲ ਤੇ, ਇਹਨੇ ਗੂਰੀ ਭੱਜਿਆ ਗੁਲਗੁਲ ਖਾਣ ਦਾ ਘਰ ਇਹਨਾਂ ਦਾ ਟੱਪੇ ਨੇ। ਅੱਛਾ ਬਸ ਠੀਕ ਹੈ, ਤਨ ਹਾਂ ਹਾਂ, ਪਤਾ ਮੈਨੂੰ ਉਹਦੀ ਲੱਗ ਗਿਆ, ਪਤਾ ਲੱਗ ਗਿਆ ਜਦੋਂ, ਹਾਂ ਹਾਂ ਬਸ ਹੱਥ ਲਾਉਣ ਸਾਰੀ ਪਤਾ ਲੱਗ ਗਿਆ ਕਾਂਟੇ ਨੂੰ। ਇੱਕ ਦੋਸਤੋ ਹੋਰ ਚੀਜ਼ ਦੱਸ ਦਿਆਂ, ਮਾਸੀ ਜੀ ਰਹਿੰਦੇ ਆ ਬਿਮਾਰ ਸਾਡੀ ਚਾਚੀ ਜੀ, ਤੇ ਸਟੰਟ ਦਾ ਵੀ ਸਟੰਟ ਵੀ ਪਿਆ ਹੋਇਆ ਨਾ ਮਾਸੀ, ਆਪਰੇਸ਼ਨ ਵੀ ਹੋਏ ਹੋਏ ਨੇ ਦੋ ਤਿੰਨ, ਤੇ ਉਹਦਾ ਕਰਕੇ ਵੀ ਗੋਲੀਆਂ ਗਾਲੀਆਂ ਦਾ ਵੀ ਹੋਇਆ, ਤਿੰਨ ਚਾਰ ਆਪਰੇਸ਼ਨ ਹੋਏ ਹੋਏ ਨੇ। ਹਾਂ ਕਿਉਂਕਿ ਵੀ ਸਰੀਰ ਡਾਊਨ ਕਰਕੇ ਇਹਨਾਂ ਨੂੰ ਦਵਾਈ ਦੇ ਦਿੰਦੇ ਨੇ ਥੋੜੀ ਜੀ ਹਾਰਡ, ਤੇ ਟਾਈਮ ਜ਼ਿਆਦਾ ਤਾਂ ਦੇਰ ਤੱਕ ਸੌਂਦੇ ਆ ਹਨਾ। ਤੇ ਬਾਕੀ ਤੁਹਾਨੂੰ ਦਿਖਾਉਂਦੇ ਆ ਵੀ ਕਿਵੇਂ ਕਿਵੇਂ ਚੋਰੀ ਹੋਈ ਆ, ਤੇ ਵੀਡੀਓ ਜਿਹੜੇ ਮਤਲਬ ਦੱਸ ਦਿਓਗੇ ਹਨਾ ਵੀ ਚੋਰ ਕੌਣ ਆ, ਤੇ ਉਹਨਾਂ ਨੂੰ ਇਨਾਮ ਵਜੋਂ 10,000 ਰੁਪਇਆ ਰਾਸ਼ੀ ਦਿੱਤੀ ਜਾਊ, ਤੇ ਪਛਾਣ ਕਰਦੇ ਹੈ ਵੱਧ ਕਰਦੇ, ਵੱਧ ਤਾਂ ਫਿਰ ਅਗਲੇ ਨੂੰ ਉਦੋਂ ਮੌਕੇ ਤੇ ਦੱਸਾਂਗੇ ਨਾ ਸਹੀ ਹੋਵੇ ਜਦੋਂ। ਹਾਂ ਹਾਂ 20,000 ਕਰਦੇ, ਉਹਦਾ ਮੌਕਾ ਦੱਸੂਗਾ ਆਪਾਂ, ਕਿਹੜਾ 10,000 ਬੋਲਿਆ, 10,000 ਤਾਂ ਥੋੜਾ ਹੈਗਾ, ਥੋੜੇ ਤੇ ਆਉਂਦਾ ਨਹੀਂ, ਥੋੜੇ ਤੇ ਆਉਂਦਾ ਨਹੀਂ ਹਨਾ, ਤੇ ਕਰਦੇ ਆ ਕੋਈ ਨਹੀਂ ਆਪਾਂ ਦਿਖਾਉਂਦੇ।